ਸ਼ਹੀਦ ਤਾਂ ਸਾਡਾ ਵੀ ਆ, ਅਸੀਂ ਸ਼ਹੀਦ ਨਹੀਂ ਖੜੇ ਹੋ ਕੇ ਖੜੇ ਹੋ ਗਿਆ, ਤੁਸੀਂ ਤਾਂ ਖੜੇ ਨੀ ਖੜੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਢਟਕੌਂਦਾ ਵੱਲੋਂ, ਮੈਂ ਮਨਜੀਤ ਸਿੰਘ ਧਰੇਰ ਸੂਬਾ ਕਾਰਜਕਾਰੀ ਪ੍ਰਧਾਨ, ਸਾਡੇ ਜ਼ਿਲ੍ਹੇ ਬਰਨਾਲੇ ਵੱਲੋਂ ਅਸੀਂ ਡਿਊਟੀ ਲਾਈ ਹੈ ਅੱਜ ਕਾਲੀਆਂ ਝੰਡੀਆਂ ਨਾਲ ਪ੍ਰੋਟੈਸਟ ਕਰਨ ਦੀ, ਕਿਉਂਕਿ ਇੱਥੇ ਅੱਜ ਸੇਵਾ ਸਿੰਘ ਠੀਕੀ ਵਾਲੇ ਨੂੰ ਨਤਮਸਤਕ ਹੋਣ ਲਈ ਆਮ ਆਦਮੀ ਪਾਰਟੀ ਦੇ ਲੀਡਰ, ਜਿਹਦੇ 'ਚ ਮੁੱਖ ਮੰਤਰੀ ਨੇ ਵੀ ਆਉਣਾ ਸੀ, ਸਾਨੂੰ ਪਤਾ ਲੱਗਿਆ ਮੁੱਖ ਮੰਤਰੀ ਮਿਸ ਹੋ ਗਿਆ। ਸਾਡੀਆਂ ਮੰਗਾਂ ਮਸਲੇ ਆ ਕੁਛ, ਭਾਵੇਂ ਵੱਡੀ ਲੜੀ ਆ ਸਾਡੀਆਂ ਮੰਗਾਂ ਮਸਲਿਆਂ 'ਚ, ਪਰ ਫੌਰੀ ਮਸਲਾ ਸਾਡਾ ਪਿੰਡ ਕੁੰਦਰੀਆਂ ਦੇ ਵਿੱਚ ਪਿਛਲੇ 6-7 ਮਹੀਨਿਆਂ ਤੋਂ ਜਿਹੜਾ ਜਥੇਬੰਦੀ ਸੰਘਰਸ਼ ਲੜ ਰਹੀ ਆ, ਉਹ ਜਿਹੜੀ ਪਿੰਡ ਦੇ ਗਰੀਬ ਕਿਸਾਨਾਂ ਨੂੰ ਬਚਤ ਦੀ ਜ਼ਮੀਨ ਅਲਾਟ ਹੋਈ ਹੋਈ ਆ, ਤਾਂ ਇੱਥੋਂ ਦਾ ਜਿਹੜਾ ਪਹਿਲਾਂ ਕਾਂਗਰਸੀ ਸਰਪੰਚ ਸੀ, ਆਪ ਦੀ ਸਰਕਾਰ ਬਣਨ ਤੋਂ ਬਾਅਦ ਉਹ ਰਾਜੂ ਸਰਪੰਚ ਆਪ ਦਾ ਵਰਕਰ ਬਣ ਗਿਆ, ਜਿਹੜਾ ਕਿ ਇੱਕ ਭੂ ਮਾਫੀਆ ਦਾ ਸਰਗਣਾ ਹੈ, ਪਹਿਲਾਂ ਵੀ ਜ਼ਮੀਨਾਂ 'ਤੇ ਕਬਜ਼ੇ ਕਰਦਾ ਰਹਿੰਦਾ ਬਿਨਾਂ ਕਿਸੇ ਨੋਟਿਸ ਦਿਓ, ਉਹਨਾਂ ਜ਼ਮੀਨਾਂ ਤੋਂ ਕਿਸਾਨਾਂ ਨੂੰ ਨਿਸ਼ਾਨਦੇਹੀ ਲੈ ਕੇ ਉਜਾੜਨ ਦਾ ਉਪਰਾਲਾ ਕਰ ਰਿਹਾ ਸੀ, ਤਾਂ ਜਥੇਬੰਦੀ ਨੇ ਕਿਸਾਨਾਂ ਦੀ ਗੱਲ ਸੁਣੀ। ਕਿਸਾਨ ਉਸ ਜ਼ਮੀਨ ਦੇ ਉੱਤੇ 50-60 ਸਾਲ ਤੋਂ ਕਾਬਜ਼ ਹੈ, ਕਿਸੇ ਕੋਲ ਅੱਧਾ ਕਿੱਲਾ, ਕਿਸੇ ਕੋਲ ਪੌਣਾ ਕਿੱਲਾ, ਉਸ ਤੋਂ ਸੰਘਰਸ਼ ਚੱਲਦੇ ਚੱਲਦੇ ਸਾਡੇ ਕਿਸਾਨਾਂ ਦੇ ਉੱਪਰ ਉਹ ਸਰਪੰਚ ਨੇ ਗੱਡੀ ਚਾੜੀ, ਸੀਤਾ ਸਿੰਘ ਕਿਸਾਨ ਫੱਟੜ ਹੋ ਗਿਆ, ਮਾਰਨ ਦੇ ਇਰਾਦੇ ਨਾਲ ਉਹਨਾਂ ਨੇ ਗੱਡੀ ਚਾੜੀ ਸੀ, ਉਹਦੇ 'ਤੇ 307 ਪਰਚਾ ਦਰਜ ਨਹੀਂ ਕੀਤਾ ਹਾਲੇ ਤੱਕ। ਸਾਡਾ ਕਿਸਾਨ ਪਹਿਲਾਂ 2 ਮਹੀਨੇ ਪਟਿਆਲੇ ਰਿਹਾ ਸੀਤਾ ਸਿੰਘ, ਅਤੇ ਹੁਣ ਹਿਸਾਰ ਹਸਪਤਾਲ ਦੇ ਵਿੱਚ ਇਲਾਜ ਕਰਾ ਰਿਹਾ, ਇੱਥੇ ਹੀ ਵੱਸ ਰਹੀ। ਉਸ ਤੋਂ ਬਾਅਦ ਉਸ ਮੁੰਡਾ ਢਾਣੀ ਨੇ ਸਰਪੰਚ ਦੀ ਗੱਡੀ ਲੈ ਕੇ ਉਹਦੇ ਮੁੰਡੇ ਸੀਤਾ ਸਿੰਘ 'ਤੇ ਹਮਲਾ ਕੀਤਾ, ਜਿਹਦੇ 'ਚ 307 ਪਰਚਾ ਦਰਜ ਹੋਇਆ, ਪਰ ਅਰੈਸਟ ਕਿਸੇ ਦੀ ਨਹੀਂ ਹੋਈ। ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 15 ਦਸੰਬਰ ਤੋਂ ਲਗਾਤਾਰ DSP ਬੁਢਲਾਡਾ ਦੇ ਧਰਨਾ ਲਾਉਣ ਦਾ ਐਲਾਨ ਕੀਤਾ ਸੀ, ਪਰ ਆਪਣਾ ਜਿਹੜਾ SSP ਮਾਨਸਾ ਨਾਨਕ ਸਿੰਘ ਨੇ ਸਾਡੀ ਜਥੇਬੰਦੀ ਨੂੰ ਵਾਰ ਵਾਰ ਗੱਲ ਕਰਨ ਲਈ ਬੁਲਾਇਆ, ਅਸੀਂ ਗਏ, ਤਾਂ ਇਹ ਤੈਅ ਹੋ ਗਿਆ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਉਹ ਕਿਸਾਨਾਂ ਨੂੰ ADC ਤੋਂ, ਮਤਲਬ ਜਿਹੜਾ ਕੇਸ ਲੱਗਿਆ ਹੋਇਆ ਉਹ ਕੇਸ 'ਤੇ ਗੌਰ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਕਰਕੇ ਗਰਦਾਵਰੀਆਂ, ਤਾਂ ਉਹਨਾਂ ਨੂੰ ਮਾਲਕੀ ਹੱਕ ਦਿੱਤਾ ਜਾਊਗਾ। ਅਤੇ ਜਿਹੜਾ ਸਰਪੰਚ ਆ ਉਹ 'ਤੇ 317 ਪਰਚਾ 19 ਤਰੀਕ ਤੱਕ ਮਤਲਬ ਦਰਜ ਕੀਤਾ ਜਾਊਗਾ, ਅਰੈਸਟ ਕੀਤੇ ਜਾਣਗੇ। ਉਲਟਾ ਇਦੂ ਬਿਨਾਂ ਉਹ 15-19 ਤੱਕ ਹੋਇਆ ਕੁਛ ਨਹੀਂ, ਇੱਕ ਹਮਲਾ ਉਹਨਾਂ ਨੇ ਹੋਰ ਕਰਤਾ, ਇਸ ਕਰਕੇ ਅਸੀਂ ਹੁਣ ਉਹਦੀ ਵੇਟ ਕਰਕੇ
6 ਜਨਵਰੀ ਤੋਂ ਲਗਾਤਾਰ ਡੀਐਸਪੀ ਬੜਲਾਡਾ ਦੇ ਦਿਨ ਰਾਤ ਦਾ ਧਰਨਾ ਲਾਇਆ ਠੁੱਠ ਠੁੱਠ ਕਰਦੇ ਕਿਸਾਨ ਅੱਜ ਇੰਨੀ ਕੈੜੀ ਠੰਡ ਦੇ ਵਿੱਚ ਅਸੀਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਸੀ ਬਈ ਅਸੀਂ ਥੌਂ ਨਹੀਂ ਭਾਲਦੇ ਧਰਨਾ ਲਾਉਣ ਨੂੰ ਤੁਸੀਂ ਕਹਿੰਦੇ ਥੌਂ ਭਾਲਦੇ ਫਿਰਦੇ ਆ ਅਸੀਂ ਤਾਂ ਡੀਐਸਪੀ ਦਫ਼ਤਰ ਦੇ ਮੂਹਰੇ ਲਗਾਤਾਰ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਸਾਡੀ ਇਹ ਗੱਲ ਸੁਣੀ ਜਾਵੇ ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕੀਤੇ ਜਾਣ ਕਬੱਡੀ ਖਿਡਾਰੀ ਸੀਤਾ ਸਿੰਘ ਜਿਹੜਾ ਸੀਤਾ ਸਿੰਘ ਨੂੰ 307 ਦਾ ਪਾਸ ਮਤਲਬ ਪਰਚੇ ਦੇ ਵਿੱਚ ਇਨਸਾਫ਼ ਕੀਤਾ ਜਾਵੇ ਸਰਪੰਚ ਨੂੰ ਫੜ ਕੇ ਜੇਲ੍ਹ ਦੇ ਵਿੱਚ ਕੀਤਾ ਜਾਵੇ ਗੁੰਡਾ ਢਾਣੀ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਕਬੱਡੀ ਖਿਡਾਰੀ ਜਿਹੜੇ ਜੇਲ੍ਹ 'ਚ ਬੰਦ ਨੇ ਉਹਨਾਂ ਬਾਰੇ ਕੀ ਮੰਗ ਹੈ ਕਬੱਡੀ ਖਿਡਾਰੀਆਂ 'ਤੇ ਵੀ ਇਹਨਾਂ ਨੇ ਝੂਠਾ ਕੇਸ ਪਾਇਆ ਇੱਥੇ ਹੀ ਵਸ ਗਈ ਮਹਿਲ ਕਲਾਂ ਤੋਂ ਇੱਕ ਬਿੱਟੂ ਆ ਮੁੰਡਾ ਉਹ ਪਹਿਲਾਂ ਨਸ਼ੇ ਦੀ ਵਰਤੋਂ ਕਰਦੇ ਵੇਚਦਾ ਹੁੰਦਾ ਸੀ ਉਹ ਛੱਡ ਚੁੱਕਿਆ ਸੀ ਔਰ ਇਹਨਾਂ ਨੇ ਫੜ ਕੇ ਅਤੇ ਫਿਰ ਚਿੱਟੇ ਦਾ ਪਰਚਾ ਦਰਜ ਕਰਤਾ ਜਿਹੜਾ ਆਮ ਜ਼ਿੰਦਗੀ ਜਿਉਣੀ ਚਾਹੁੰਦਾ ਸੀ ਇਸ ਕਰਕੇ ਆਮ ਜ਼ਿੰਦਗੀ ਜਿਉਂਦੇ ਜਿਹੜਾ ਮਤਲਬ ਮੁੰਡਾ ਚਾਹੁੰਦਾ ਸੀ ਉਹਨੂੰ ਜਿਉਣ ਨਹੀਂ ਦਿੱਤਾ ਉੱਥੇ ਝੂਠਾ ਪਰਚਾ ਦਰਜ ਕੀਤਾ ਐਸੇ ਹੀ ਪਿੰਡ ਦਾ ਮੁੰਡਾ ਉੱਥੇ 307 ਦਾ ਝੂਠਾ ਪਰਚਾ ਅਤੇ ਝੂਠਾ ਮੁਕਾਬਲਾ ਬਣਾਇਆ ਗਿਆ ਵੈਸੇ ਤੁਹਾਡੇ 'ਤੇ ਵਿਸ਼ਵਾਸ ਹੈ ਪਰ ਇਹੋ ਜਿਹੇ ਸਾਡੇ ਨਾਲ ਹੁੰਦੀ ਰਹਿੰਦੀ ਹੈ ਭੱਜਦੇ ਆ ਮੰਤਰੀ ਕਿਸਾਨਾਂ ਦੇ ਮਸਲੇ ਸਾਰੇ ਸੁਣ ਕੇ ਉਹਨਾਂ ਦੀ ਜਿਹੜੀ ਉਹ ਬਣਦੀ ਹੈ ਕਾਰਵਾਈ ਵਾਸਤੇ ਅੱਛਾ ਉਹ ਕਹਿੰਦੇ ਇੱਕ ਮਗਰੀ ਵਾਲੀ ਕੁੱਲਰੀਆਂ ਵਾਲੀ ਜ਼ਮੀਨ ਦਾ ਮਤਲਬ ਹੈ ਜ਼ਮੀਨ ਦਾ ਜੀ ਇੱਕ ਕਬੱਡੀ ਖਿਡਾਰੀਆਂ ਵਾਲਾ ਮਸਲਾ ਜੀ ਨਹੀਂ ਜੀ ਉਹ ਮੇਰੇ ਕੋਲ ਆਇਆ ਸੀਗਾ ਜਿਹੜਾ ਉਹ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਮੀਟਿੰਗ ਸੀ ਉਹਦੇ ਵਿੱਚ ਸਾਰਾ ਕੁਝ ਲਿਖਿਆ ਕਹਿੰਦੇ ਮੈਂ ਜਾ ਕੇ ਦੇਖਦਾ ਉਹਨੂੰ ਕਰਵਾ ਦਿਆ ਦੇਖੋ ਜੀ ਬਹੁਤ ਜੇ ਅੱਜ ਅਸੀਂ ਆਜ਼ਾਦੀ ਮਾਣਦੇ ਹਾਂ ਜੇ ਆਪਦੀ ਲੋਕਾਂ ਨੇ ਚੁਣੀਆਂ ਸਰਕਾਰਾਂ ਬਣਾਉਣ ਲੱਗੇ ਹੈ ਤਾਂ ਇਹ ਸਰਦਾਰ ਸੇਵਾ ਸਿੰਘ ਠੀਕਰੀਵਾਲ ਜੀ ਉਹਨਾਂ ਦੇ ਸਾਥੀਆਂ ਦੀ ਬਹੁਤ ਵੱਡੀ ਕੁਰਬਾਨੀ ਉਸ ਕੁਰਬਾਨੀ ਨੂੰ ਅੱਜ ਅਸੀਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰ ਵੱਲੋਂ ਮੈਂ ਮੇਰੇ ਨਾਲ ਦੂਸਰੇ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਮੀਤ ਖੇਰ ਸਾਹਿਬ ਨਾਲ ਸਾਡੇ MLA ਭਗਵੰਤ ਸਿੰਘ ਜੀ ਪੰਡੋਰੀ ਸਾਹਿਬ ਸਾਰੇ ਰਲ ਮਿਲ ਕੇ ਸਰਕਾਰ ਵੱਲੋਂ ਚੰਦਾ ਦੇ ਪਿੰਡ ਜਿਹੜਾ ਜੋ ਵੀ ਇੱਥੇ ਪਿੰਡ ਦੀਆਂ ਮੰਗਾਂ ਹੋਣਗੀਆਂ ਉਸ 'ਤੇ ਜੋ ਲੋੜ ਆਉਣੀਆਂ ਸਰਕਾਰ ਕਰਨ ਦੇ ਵਿੱਚ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੇ ਨਾਲ ਮੰਤਰੀ ਦੀ ਗੱਲ ਕਰਾਵਾਂਗੇ ਫਿਰ ਹਾਰ ਪਾਉਣਗੇ ਪਰ ਜਦੋਂ ਅਸੀਂ ਉਹਨਾਂ ਦਾ ਦੇਖਿਆ ਲਾਮ ਲਸ਼ਕਰ ਹਾਰ ਪਾਉਣ ਨੂੰ ਤਿਆਰ ਹੋਇਆ ਸੀ ਤਾਂ ਅਸੀਂ ਮੂਹਰੇ ਜਾ ਕੇ ਖੜ੍ਹੇ ਉਹਦਾ ਉਹਨਾਂ ਨੇ ਕਾਰਨ ਦੱਸਿਆ ਵੀ ਮੰਤਰੀ ਜਿਹੜਾ ਜੁੱਤੀ ਉਹਦੇ ਵਿੱਚ ਹੀ ਲਾਇਆ ਸੀ ਗੱਡੀ ਦੇ ਇਸ ਕਰਕੇ ਅਸੀਂ ਮਤਲਬ ਪਹਿਲਾਂ ਪਾਉਂਦੇ ਗੱਲ ਤੁਹਾਡੀ ਸੁਣਾਂਗੇ ਬਾਅਦ 'ਚ ਸਾਡੇ ਨਾਲ ਗੱਲਬਾਤ ਹੋਈ ਆ ਕੁੜੀਆ ਸਾਹਿਬ ਦੀ ਤਕਰੀਬਨ 15-20 ਮਿੰਟ ਸਾਡੀ ਗੱਲ ਹੋਈ ਕੁੰਦਰੀਆਂ ਦੇ ਮਸਲੇ 'ਤੇ ਕੁੰਦਰੀਆਂ ਵਾਲਾ ਮਸਲਾ ਕੀ ਆ ਉਹ ਅਸੀਂ ਸਾਰਾ ਉਹਨਾਂ ਨੂੰ ਜਚਾਤਾ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਸਾਨੂੰ ਵੀ 307 ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜਿਹੜਾ ਜ਼ਮੀਨੀ ਮਤਲਬ ਹੈਗਾ ਰਿਕਾਰਡ ਉਹਦੇ ਮੁਤਾਬਕ ਕਿਸਾਨਾਂ ਨੂੰ ਜਿਹੜਾ ਮਤਲਬ ADC ਸਾਹਿਬ ਦੇ ਚੱਲਦਾ ਕੇਸ ਹੈ ਉਹਦੇ ਮੁਤਾਬਕ ਉਹਨਾਂ ਨੂੰ ਮਤਲਬ ਜਿਹੜਾ ਅਸੀਂ ਮਤਲਬ ਸਿਫਾਰਿਸ਼ ਕਰਾਂਗੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੋਊਗਾ ਇੰਨੀ ਕਹਿ ਕੇ ਅਸੀਂ ਅੱਜ ਦਾ ਜਿਹੜਾ ਧਰਨਾ ਮੁਲਤਵੀ ਕੀਤਾ ਅਸੀਂ ਅੱਜ ਕਾਲੇ ਝੰਡਿਆਂ ਨਾਲ ਉਹਨਾਂ ਦਾ ਸਵਾਗਤ ਕਰਨ ਵਾਸਤੇ ਖੜ੍ਹੇ ਸੀ ਚਲੋ ਚੰਗੀ ਗੱਲ ਆ ਗੱਲਬਾਤ ਸੁਣੀਏ ਨਾਲ ਸਾਡਾ ਇਹ ਹੈ ਬਈ ਜੇ 26 ਤਰੀਕ ਤੱਕ ਇਹ ਮਤਲਬ ਮਸਲਾ ਨਾ ਹੱਲ ਹੋਇਆ ਤਾਂ ਅਸੀਂ ਵੱਡੀ ਪੱਧਰ 'ਤੇ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਇਹੀ ਮੰਗ ਨੂੰ ਲੈ ਕੇ ਉੱਥੇ ਪ੍ਰੋਟੈਸਟ